ਹਾਂਜੀ ਸੋਹਣਿਓ, ਤੇ ਮੈਂ ਤੁਹਾਡਾ ਆਪਦਾ ਵੀਰ ਸਜਾਦ ਸੱਜਣ, ਤੇ ਅੱਜ ਅਸੀਂ ਪਾਕਿਸਤਾਨ ਦੀ ਨੰਬਰ 1 ਅਦਾਕਾਰਾ ਅੰਜਮਨ ਦੇ ਬਾਰੇ ਦੱਸਾਂਗੇ ਕਿ ਪਿਆਰਿਓ ਲਾਹੌਰ ਦੇ ਵਿੱਚੋਂ ਕਿਹੜੇ ਡੌਨ ਨੇ ਕਿ ਜਦੋਂ ਪਿਆਰਿਓ ਜੇਲ੍ਹ ਦੇ ਵਿੱਚੋਂ ਰਿਹਾ ਹੋਏ ਤੇ ਅਦਾਕਾਰਾ ਅੰਜਮਨ ਯਾਰ ਉਹਦੇ ਅੱਗੇ ਪੈਰੋਂ ਨੰਗੀ ਨੱਚਦੀ ਗਈ, ਤੇ ਉਹ ਕੀ ਉਹਨਾਂ ਦਾ ਨਾਂ ਹੈ ਤੇ ਕਿਹੜੇ ਸਨ ਦੀ ਇਹ ਗੱਲ ਹੈ ਕਿ ਯਾਰ ਪਾਕਿਸਤਾਨ ਦੀ ਨੰਬਰ 1 ਅਦਾਕਾਰਾ ਹੋ ਕੇ ਤੇ ਉਹਦੇ ਇਸਤਕਬਾਲ ਲਈ ਇਹ ਪੈਰੋਂ ਨੰਗੀ ਸੜਕਾਂ ਦੇ ਉੱਤੇ ਨੱਚਦੀ ਜਾ ਰਹੀ ਹੈ। ਤੇ ਜੇ ਪਿਆਰਿਓ ਤੁਸੀਂ ਇਹ ਸਟੋਰੀ ਪੂਰੀ ਸੁਣਨਾ ਚਾਹੁੰਦੇ ਜੇ ਤੇ ਇਸ ਵੀਡੀਓ ਨੂੰ ਐਂਡ ਤੱਕਰਾਂ ਜ਼ਰੂਰ ਵੇਖੋ, ਤੇ ਜੇ ਪਿਆਰਿਓ ਤੁਸੀਂ ਚੈਨਲ ਤੇ ਪਹਿਲੀ ਦਫਾ ਆਏ ਜੇ ਤੇ ਯਾਰ ਮੁਹੱਬਤਾਂ ਦੇ ਨਾਲ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ ਕਿ ਯਾਰ ਪਾਕਿਸਤਾਨ ਦੀ ਨੰਬਰ 1 ਅਦਾਕਾਰਾ ਅੰਜਮਨ, ਕਿ ਉਸ ਟਾਈਮ ਯਾਰ ਇਹਦਾ ਅਦਾਕਾਰਾ ਅੰਜਮਨ ਦਾ ਤੂਤੀ ਬੋਲਦਾ ਸੀ, ਤੇ ਉਹ ਕਿਹੜੇ ਲਾਹੌਰ ਦੇ ਡੌਨ ਨੇ ਐਸੇ ਕਿ ਜਿਨ੍ਹਾਂ ਦੇ ਅੱਗੇ ਯਾਰ ਇਹ ਪੈਰੋਂ ਨੰਗੀ ਨੱਚਦੀ ਗਈ, ਅਤੇ ਇਹ ਵੀ ਅਸੀਂ ਦੱਸਾਂਗੇ ਕਿ ਮਜਬੂਰ ਹੋ ਕੇ ਨੱਚਦੀ ਰਹੀ ਕਿ ਆਪਦੀ ਖੁਸ਼ੀ ਨਾਲ ਨੱਚਦੀ ਰਹੀ। ਅਤੇ ਪਿਆਰਿਓ ਤੁਸੀਂ ਵੀ ਸਟੋਰੀ ਸੁਣੋਗੇ ਨਾ, ਮੈਨੂੰ ਉਮੀਦ ਹੈ ਕਿ ਯਾਰ ਤੁਹਾਡੇ ਹੋਸ਼ ਗੁੰਮ ਹੋ ਕੇ ਰਹਿ ਜਾਣਗੇ ਕਿ ਯਾਰ ਇਹੋ ਜਿਹੀ ਜਾਣਕਾਰੀ ਵਾਲੀ ਵੀਡੀਓ ਜਿਹੜੀ ਹੈ ਨਾ ਉਹ ਕਿਸੇ ਵੀ ਹਾਲੇ ਤੱਕਰਾਂ ਯੂਟਿਊਬਰ ਨੇ ਕੀਤੀ ਨਹੀਂ, ਕਿਉਂਕਿ ਇਹ ਜਿਹੜੀ ਜਾਣਕਾਰੀ ਸਾਨੂੰ ਦੱਸੀ ਹੈ ਨਾ ਜਿਹੜੇ ਬੰਦੇ ਨੇ, ਇਹ ਤੁਹਾਨੂੰ ਜਾ ਕੇ ਐਂਡ 'ਤੇ ਅਸੀਂ ਦੱਸਾਂਗੇ। ਅਤੇ ਉਹ ਪਿਆਰਿਓ ਕਿਹੜੇ ਨੇ ਲਾਹੌਰ ਦੇ ਡਾਊਨ, ਇਹ ਪਿਆਰਿਓ 1984 ਦਾ ਵਾਕਿਆ ਹੈ ਕਿ ਲਾਹੌਰ ਦੇ ਵਿੱਚ ਸ਼ਾਹੀਆ ਪਹਿਲਵਾਨ ਦਾ ਤੂਤੀ ਬੋਲਦਾ ਸੀ, ਕਿ ਲਾਹੌਰ ਦੇ ਵਿੱਚ ਸ਼ਾਹੀਆ ਪਹਿਲਵਾਨ ਦਾ ਤੂਤੀ ਬੋਲਦਾ ਸੀ, ਅਤੇ ਲਾਹੌਰ ਦੇ ਉਹ ਡਾਊਨ ਸਨ ਸ਼ਾਹੀਆ ਪਹਿਲਵਾਨ। ਅਤੇ ਪਿਆਰਿਓ ਟੰਡਸਾਲੀ ਤੋਂ ਲੈ ਕੇ ਭਾਟੀ ਚੌਂਕ ਯਾਦਗਾਰ ਇਹ ਸਾਰਾ ਉਹਦਾ ਏਰੀਆ ਸੀ, ਕਿ ਇੱਥੋਂ ਭੱਥਾ ਵੀ ਲੈਂਦਾ ਸੀ ਅਤੇ ਉੱਥੋਂ ਪਿਆਰਿਓ ਵੱਡੇ ਵੱਡੇ ਜਿਹੜੇ ਸੀ ਨਾ ਉਹ ਫੈਸਲੇ ਕਰਦਾ ਸੀ। ਕਈ ਦੁਸ਼ਮਣੀਆਂ ਤਾਂ ਉਹਨੇ ਮੁਕਾ ਛੱਡੀਆਂ ਅਤੇ ਕਈ ਨਵੀਆਂ ਸ਼ੁਰੂ ਹੋ ਗਈਆਂ, ਅਤੇ ਉਹਦਾ ਪਿਆਰਿਓ ਇੱਕ ਪੁੱਤਰ ਸੀ ਜੱਜੀ ਪਹਿਲਵਾਨ, ਅਤੇ ਜੱਜੀ ਪਹਿਲਵਾਨ ਪਿਆਰਿਓ ਇਹਦਾ ਲਾਹੌਰ ਦੇ ਵਿੱਚ ਤੂਤੀ ਬੋਲਦਾ ਸੀ, ਕਿਉਂਕਿ ਇਹਦਾ ਪਿਓ ਸ਼ਾਹੀਆ ਪਹਿਲਵਾਨ ਸੀ। ਅਤੇ ਜੱਜੀ ਪਹਿਲਵਾਨ 'ਤੇ ਅਦਾਕਾਰ ਸੁਲਤਾਨੀ ਦੀਆਂ ਵੀ ਫਿਲਮਾਂ ਬਣੀਆਂ ਅਤੇ ਅਦਾਕਾਰ ਸ਼ਾਨ ਦੀਆਂ ਵੀ ਫਿਲਮਾਂ ਬਣੀਆਂ, ਇਹ ਪਿਆਰਿਓ ਅੱਜ ਵੀ ਯੂਟਿਊਬ 'ਤੇ ਪੰਜਾਂ ਨੇ ਜਾ ਕੇ ਤੁਸੀਂ ਵੇਖ ਸਕਦੇ ਜੀ। ਕਿ ਜੱਜੀ ਪਹਿਲਵਾਨ ਜਿਹੜਾ ਸੀ ਨਾ ਜਿੱਥੇ ਮਰਜ਼ੀ ਬਹਿ ਜਾਂਦਾ ਸੀ, ਇਹਨੂੰ ਪੁਲਿਸਾਂ ਨਹੀਂ ਸੀ ਪੁੱਛਦੀਆਂ। ਅਤੇ ਇੱਕ ਟਾਈਮ ਐਸਾ ਆਇਆ ਕਿ ਪਿਆਰਿਓ ਚੁੱਕਿਆ ਗਿਆ, ਅਤੇ ਜਦੋਂ ਇਹ ਚੁੱਕਿਆ ਗਿਆ ਅਤੇ ਜੇਲ੍ਹੇ ਚਲਾ ਗਿਆ, ਅਤੇ ਜਦੋਂ ਪਿਆਰਿਓ 2.5 ਸਾਲ ਬਾਅਦ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਕੇ ਜਦੋਂ ਵਾਪਸੀ ਆਇਆ ਨਾ, ਅਤੇ ਉਦੋਂ ਪਿਆਰਿਓ ਅਦਾਕਾਰਾ ਅੰਜਮਨ ਨੇ ਇਹਦੇ ਇਸਤਕਬਾਲ ਲਈ ਪੈਰੋਂ ਨੰਗੀ ਯਾਰ ਨੱਚਦੀ ਗਈ, ਕਿ ਪੈਰੋਂ ਨੰਗੀ ਨੱਚਦੀ ਗਈ ਸੜਕਾਂ ਦੇ ਉੱਤੇ ਨੱਚਦੀ ਗਈ। ਅਤੇ ਇਹਦਾ ਯਾਰ ਜੱਜੀ ਪਹਿਲਵਾਨ ਦੇ ਨਾਲ ਕੀ ਤਲਕ ਸੀ, ਕਿ ਉਹ ਬਦਮਾਸ਼ੀ ਦੇ ਸਿਰ 'ਤੇ ਇਹਨੂੰ ਨਚਾਉਣ ਡਏ ਸਨ ਜਾਂ ਇਹ ਆਪਦੀ ਖੁਸ਼ੀ ਦੇ ਨਾਲ ਨੱਚਣ ਡਈ ਸੀ? ਅਤੇ ਇਹਦਾ ਪਿਆਰਿਓ ਜੱਜੀ ਪਹਿਲਵਾਨ ਦੇ ਨਾਲ ਤਲਕ ਸੀ ਕਿ ਫਿਲਮ ਇੰਡਸਟਰੀ ਦੀਆਂ ਜਿੰਨੀਆਂ ਵੀ ਵੱਡੀਆਂ ਅਦਾਕਾਰਾਂ ਹੋਈਆਂ ਨੇ ਨਾ, ਇਹਨਾਂ ਦਾ ਜਿਹੜੇ ਵੱਡੇ ਵੱਡੇ ਡਾਊਨ ਹੁੰਦੇ ਨੇ ਨਾ, ਉਹਨਾਂ ਦੇ ਨਾਲ ਇਹਨਾਂ ਦੇ ਤਲਕ ਹੁੰਦੇ ਨੇ, ਜੁੜੀਆਂ ਹੁੰਦੀਆਂ। ਕਿਉਂ? ਕਿ ਯਾਰ ਇਹ ਜਿੱਥੇ ਵੀ ਜਾਣ ਉਸ ਡਾਊਨ ਦਾ ਨਾਂ ਹੀ ਵੱਜੇ, ਅਤੇ ਇਹਨਾਂ ਨੂੰ ਦੁਨੀਆਂ ਵਾਲੇ ਕੁਛ ਨਾ ਆਖਣ ਜਾਂ ਦੂਸਰੇ ਬਦਮਾਸ਼ ਕੁਛ ਨਾ ਆਖਣ। ਅਤੇ ਇਸ ਤਰ੍ਹਾਂ ਪਿਆਰਿਓ ਇਹ ਉਹਦੀ ਦੀਵਾਨੀ ਸੀ, ਅਤੇ ਇਹ ਪਿਆਰਿਓ ਉਹਦੇ ਨਾਲ ਜੁੜੀ ਸੀ ਕਿ ਇਹਦਾ ਉਹਦੇ ਨਾਲ ਤਲਕ ਸੀ ਜੱਜੀ ਪਹਿਲਵਾਨ ਨਾਲ। ਅਤੇ ਜਦੋਂ ਉਹ ਜੇਲ੍ਹੋਂ ਰਿਹਾਅ ਹੋਏ, ਇਹ ਆਪਦੀ ਖੁਸ਼ੀ ਦਾ ਇਸਤਕਬਾਲ ਕਰਨ ਦਾ ਇਹਦਾ ਅੰਦਾਜ਼ ਸੀ ਕਿ ਇਹ ਜੱਜੀ ਪਹਿਲਵਾਨ ਦੇ ਅੱਗੇ ਪੈਰੋਂ ਨੰਗੀ ਨੱਚਦੀ ਗਈ ਟੰਡਸਾਲੀ ਗੇੜ ਤੱਕ। ਅਤੇ ਜੇ ਪਿਆਰਿਓ ਸਾਡੀ ਅੱਜ ਦੀ ਸਟੋਰੀ, ਅਤੇ ਜੇ ਤੁਸੀਂ ਮਜ਼ੀਦ ਇਹੋ ਜਿਹੀਆਂ ਜਾਣਕਾਰੀ ਵਾਲੀਆਂ ਸਟੋਰੀਆਂ ਸੁਣਨਾ ਚਾਹੁੰਦੇ ਜੇ, ਅਤੇ ਪਿਆਰਿਓ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਅਤੇ ਕਮੈਂਟ ਦੇ ਵਿੱਚ ਆਪਦੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ। ਅਤੇ ਹੁਣ ਦੱਸਾਂਗੇ ਅਸੀਂ
ਕਿ ਸਟੋਰੀ ਕਿੰਨਾ ਸਾਨੂੰ ਦੱਸੀ ਇਹ ਪਿਆਰਿਓ ਕ੍ਰਾਈਮ ਰਿਪੋਰਟਰ ਨੇ ਚੌਧਰੀ ਸ਼ਾਹਦ ਲਤੀਫ, ਇਹ ਪਿਆਰਿਓ ਉਹਨਾਂ ਸਟੋਰੀ ਸਾਰੀ ਲਿਖੀ ਅਤੇ ਅਸੀਂ ਕਰ ਰਹੇ ਹਾਂ। ਅਸੀਂ ਐਵੇਂ ਨਹੀਂ ਆਪਦੇ ਕੋਲੋਂ ਛੱਡਦੇ ਪਏ, ਇਹ ਪਹਿਲੇ ਅਸੀਂ ਜਾਣਕਾਰੀ ਕਰਨੇ ਹਾਂ ਕਿ ਇਹ ਗੱਲ ਕਿਸ ਤਰ੍ਹਾਂ ਹੋਈ, ਅਤੇ ਪਿਆਰਿਓ ਜਦੋਂ ਇਹਦਾ ਪੂਰਾ ਸਾਨੂੰ ਸਬੂਤ ਮਿਲਿਆ ਅਤੇ ਸਟੋਰੀ ਅਸੀਂ ਤਾਂ ਕਰ ਰਹੇ ਹਾਂ। ਅਤੇ ਇਹ ਜੇ ਪਿਆਰਿਓ ਸਾਡੀ ਇਹੋ ਜਿਹੀ ਜਾਣਕਾਰੀ ਵਾਲੀ ਸਟੋਰੀ ਦੇ ਨਾਲ ਹੀ ਸਾਨੂੰ ਹੁਣ ਇਜਾਜ਼ਤ ਦਿਓ, ਅਤੇ ਇਹੋ ਜਿਹੀ ਸਟੋਰੀ ਦੇ ਨਾਲ ਹੀ ਤੁਹਾਨੂੰ ਜਲਦ ਅਸੀਂ ਮਿਲਾਂਗੇ, ਅਤੇ ਅੱਲਾ ਨਿਗੇਬਾਨ।